ਸੜਕੀ ਹਾਦਸਾ ਹੋਇਆ ਜਿਸ ਦੇ ਵਿੱਚ ਦੋ ਔਰਤਾਂ ਸਮੇਤ 4 ਦੀ ਦਰਦਨਾਕ ਮੌਤ ਹੋਈ। ਮਹਿੰਦਰਾ ਬਲੈਰੋ ਪਿਕਅਪ ਗੱਡੀ ਦੀ ਵਰਨਾ ਕਾਰ ਦੇ ਨਾਲ ਅਮੋ ਸਾਹਮਣੇ ਟੱਕਰ ਹੋਈ, ਜਿਸ ਮੌਕੇ 4 ਦੀ ਦਰਦਨਾਕ ਮੌਤ ਹੋਈ। ਬਾਕੀ 20-25 ਲੋਕਾਂ ਨੂੰ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸ੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸੀ ਤਾਂ ਰਸਤੇ ਦੇ ਵਿੱਚ ਵਰਨਾ ਕਾਰ ਦੇ ਨਾਲ ਆਮੋ ਸਾਹਮਣਿਓ ਭਿਆਨਕ ਟੱਕਰ ਹੋਈ ਔਰ 4 ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਕਪੂਰਥਲਾ ਦੇ ਫਤੂ ਢੀਂਗਾ ਦੇ ਨੇੜੇ ਹੋਇਆ। ਹਾਦਸੇ ਦੇ ਵਿੱਚ ਕੁਝ ਬੱਚੇ ਵੀ ਸ਼ਾਮਲ ਨੇ। ਇਹ ਵੀ ਪਤਾ ਲੱਗਾ ਕਿ ਮਹਿੰਦਰਾ ਬਲੈਰੋ ਗੱਡੀ ਦੇ ਵਿੱਚ ਸਵਾਰ ਵਿਅਕਤੀ ਤਰਨ ਤਾਰਨ ਜ਼ਿਲ੍ਹੇ ਦੇ ਨਾਰਲੀ ਪਿੰਡ ਦੇ ਲੋਕ ਸੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕਣ ਉਪਰੰਤ ਵਾਪਸ ਪਰਤ ਰਹੇ ਸੀ ਤੇ ਰਸਤੇ ਦੇ ਵਿੱਚ ਕਾਰ ਦੇ ਨਾਲ ਉਹਨਾਂ ਦੀ ਭਿਆਨਕ ਟੱਕਰ ਹੋਈ। ਦੋ ਔਰਤਾਂ ਸਮੇਤ 4 ਦੀ ਦਰਦਨਾਕ ਮੌਤ ਹੋਈ ਤਾਂ ਪੀੜਤ ਪਰਿਵਾਰ ਹਸਪੀਟਲ ਦੇ ਵਿੱਚ ਧਾਹਾਂ ਮਾਰ ਮਾਰ ਕੇ ਰੋ ਰਹੇ ਨੇ। ਮਹਿੰਦਰਾ ਬਲੈਰੋ ਅਤੇ ਵਰਨਾ ਦੀ ਆਮੋ ਸਾਹਮਣਿਓ ਭਿਆਨਕ ਟੱਕਰ ਹੋਈ। ਦੋ ਔਰਤਾਂ ਸਮੇਤ 4 ਦੀ ਦਰਦਨਾਕ ਮੌਤ ਹੋ ਗਈ। 20-25 ਲੋਕ ਜ਼ਖਮੀ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮਹਿੰਦਰਾ ਬਲੈਰੋ ਪਿਕਅਪ ਗੱਡੀ ਤੇ ਵਰਨਾ ਕਾਰ ਦੀ ਇਹ ਟੱਕਰ ਹੋਈ, 4 ਦੀ ਮੌਤ ਹੋ ਗਈ। ਫਿਲਹਾਲ ਹਾਦਸੇ ਦੇ ਵਿੱਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ। ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ। ਦੱਸਦੇ ਕਿ ਮਹਿੰਦਰਾ ਬਲੈਰੋ ਦੇ ਵਿੱਚ ਬੈਠੇ ਲੋਕ ਇੱਕੋ ਪਿੰਡ ਦੇ ਨਾਲ ਸੰਬੰਧਿਤ ਸਨ। ਸ੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸੀ ਤਾਂ ਰਸਤੇ ਦੇ ਵਿੱਚ ਵਰਨਾ ਕਾਰ ਦੇ ਨਾਲ ਭਿਆਨਕ ਇਹਨਾਂ ਦੀ ਟੱਕਰ ਹੋਈ, ਜਿਸ ਤੋਂ ਬਾਅਦ ਦੋ ਔਰਤਾਂ ਸਮੇਤ 4 ਦੀ ਦਰਦਨਾਕ ਮੌਤ ਹੋ ਗਈ। ਜ਼ਖਮੀਆਂ ਦੇ ਵਿੱਚ ਬੱਚੇ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਕਪੂਰਥਲਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਉਧਰੋਂ ਗੱਡੀ ਆਈ, ਬ੍ਰੇਕ ਉਹਨੇ ਬੋਲ ਤੋਂ ਕਿਤੇ ਬ੍ਰੇਕ ਮਾਰੀ, ਸਿੱਧੀ ਘੁੰਮ ਗਈ ਉਹਦੀ ਗੱਡੀ, ਸਿੱਧੀ ਘੁੰਮ ਕੇ ਸਾਡੀ ਗੱਡੀ। ਅੱਛਾ, ਉਹਨਾਂ ਨੇ ਬ੍ਰੇਕ ਮਾਰੀ? ਉਹਨਾਂ ਨੇ ਕਿਤੇ ਬ੍ਰੇਕ ਮਾਰੀ ਜਾਂ ਗੱਡੀ। ਕਿੰਨੇ ਜਾਣੇ ਸੀ ਗੱਡੀ 'ਚ? ਪਹਿਲਾਂ ਰਹੀ। ਅੱਛਾ ਜੀ, ਤੁਹਾਡੀ ਗੱਡੀ 'ਚ ਕਿੰਨੇ ਜਾਣੇ ਸੀਗੇ? 15-20 ਜਾਣੇ। ਡਾਕਟਰ ਸਾਹਿਬ, ਜਿਹੜਾ ਹਾਦਸਾ ਹੋਇਆ ਇਹਦੇ ਵਿੱਚ ਕਿੰਨੇ ਕੁ ਜਾਣੇ ਇੰਜਰਡ ਹੋਏ ਆ? ਅਤੇ ਲਗਭਗ 22 ਜਾਣੇ ਜਿਹੜੇ ਹੈਗੇ ਆ ਆਏ ਸੀ ਗੰਭੀਰ ਹਾਲਤ ਵਿੱਚ ਐਕਸੀਡੈਂਟ ਹੋਣ ਤੋਂ ਬਾਅਦ, ਇਹਨਾਂ ਵਿੱਚੋਂ 4 ਜਾਣੇ ਦੀ ਡੈਥ ਹੋ ਗਈ ਸੀ, ਗੋਲ ਡੈਡ ਸੀਗੇ। ਅੱਛਾ ਜੀ। ਬਾਕੀ ਜਿਹੜੇ ਪੇਸ਼ੈਂਟ ਦੇ ਸਿਰ ਵਿੱਚ ਸੱਟ ਸੀਗੀ, 3 ਜਾਣੇ ਸੀਗੇ, ਉਹਨਾਂ ਨੂੰ ਸੈਂਸਰ ਭੇਜ ਚੁੱਕੇ ਹਾਂ। ਅੱਛਾ ਜੀ। ਇਹਨਾਂ ਦੇ ਬਾਕੀ ਫ੍ਰੈਕਚਰ ਹੈਗੇ ਮੈਨੇਜ ਕਰ ਰਹੇ ਹਾਂ, ਜਿਸ ਨੂੰ ਇਲਾਜ ਹੋ। ਡਾਕਟਰ ਸਾਹਿਬ, ਜਿਹੜੀ ਡੈਥ ਹੋਈਆਂ ਕਿੰਨੀਆਂ ਹੈਗੀਆਂ, ਉਹਦੇ ਵਿੱਚ ਲੇਡੀਜ਼ ਆ ਕਿ ਜੈਂਟਸ ਆ? ਮੈਂ ਭਾਈ ਰਾਜਾ ਸਿੰਘ ਜੀ, ਮੈਂ ਇੱਥੇ ਲਾਗੇ ਮੋਟਰ 'ਤੇ ਸੀ, ਬਹੁਤ ਜ਼ੋਰ ਦੇ ਨਾਲ 2 ਵਾਜ ਆਈਆਂ। ਪਹਿਲਾਂ ਜਿੱਦਾਂ ਟਾਇਰ ਫਟਣ ਦੀ ਆਵਾਜ਼ ਆਈ ਗੱਡੀ ਦੇ, ਅਤੇ ਫਿਰ ਜਿੱਦਾਂ ਆਪਸ ਮੈਂ ਗੱਡੀਆਂ ਟਕਰਾਈਆਂ, ਅਤੇ ਜਿਹੜੇ ਬਲੈਰੋ ਗੱਡੀ ਵਾਲੀ ਸੰਗਤ ਸੀ ਇਹ ਬਹੁਤ ਤੇਜ਼ ਵੀ ਸੀ, ਅਤੇ ਮਤਲਬ ਸੰਗਤ ਜਿਹੜੀ ਵੀ ਆ ਇਹ ਖੱਡੇ 'ਚ ਜਾ ਕੇ ਡਿੱਗੀ, ਜਿਹੜੀ ਉੱਪਰਲੀ ਸੀ ਪਾਰਟੀ ਉਹਦੇ 'ਤੇ ਸੰਗਤ ਬੈਠੀ ਹੋਈ ਸੀ, ਅਤੇ ਬਹੁਤ ਸੰਗਤ ਦਾ ਬੁਰਾ ਹਾਲ ਹੋਇਆ ਪਿਆ, ਸਿਵਲ ਹਸਪਤਾਲ ਲੈ ਕੇ ਗਿਆ ਪਿਆ। ਕਿੰਨੇ ਕੁ ਮਰੀਜ਼ ਸੀ ਇੰਤਾਜਨ ਜਿਹੜੇ ਜ਼ਖਮੀ ਹੋਏ ਹੋਊਗੇ? ਇਹ ਜ਼ਿਆਦਾ ਜਿਹੜੇ ਸੀਰੀਅਸ ਆ ਉਹ 4-5 ਜਣੇ ਆ, ਅਤੇ ਬਾਕੀ ਜਿਹੜੇ ਫੱਟੜ ਆ ਉਹ ਹੈਗੇ 10-12 ਜਣੇ। ਇੱਥੋਂ ਕਿਹੜੀ ਗੱਡੀ ਕਿੱਧਰੋਂ ਕਿੱਧਰ ਜਾ ਰਹੀ ਸੀ, ਕਿਹੜੀ ਗੱਡੀ ਕਿੱਧਰੋਂ ਕਿੱਧਰ ਆ ਰਹੀ ਸੀ? ਇਹ ਤਾਂ ਨਹੀਂ ਜੀ ਮੌਕੇ ਦਾ ਪਤਾ ਕਿੱਧਰੋਂ ਸੀ, ਪਰ ਇੰਨਾ ਟੱਕਰ ਜ਼ਰੂਰ ਵੱਜੀ ਆ ਕਿਉਂਕਿ ਬਹੁਤ ਤੇਜ਼ ਸੀ ਗੱਡੀਆਂ, ਟਾਇਰ ਫਟਿਆ ਇੱਕ ਗੱਡੀ ਦਾ। ਅੱਜ ਇੱਕ ਸ਼ਾਮ ਵੇਲੇ ਐਕਸੀਡੈਂਟ ਹੋਇਆ ਮੁੰਡੀ ਮੋੜ ਲੱਗੇ ਫਤੂ ਢੀਂਗਾ ਸਾਈਡ 'ਤੇ, ਜਿਹਦੇ ਵਿੱਚ ਇੱਕ ਵਰਨਾ ਦਾ ਕੋਈ ਬਲੈਰੋ ਪਿਕਅਪ ਦੇ ਵਿੱਚ ਹੋਇਆ। ਉਹ ਕੁਝ ਯਾਤਰੀ ਸੀਗੇ ਜਿਹੜੇ
ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ। ਉਹ ਤਰਨ ਤਰਨ ਸਾਈਡ ਦੇ ਹੈਗੇ ਆ, ਭਿੱਖੀ ਪਿੰਡ ਸਾਈਡ ਦੇ ਆ। ਔਰ ਐਕਸੀਡੈਂਟ ਤੋਂ ਬਾਅਦ ਉਹ ਇੱਥੇ 18 ਕੁ ਪੇਸ਼ੈਂਟ ਲਿਆਏ ਗਏ, ਜਿਨ੍ਹਾਂ 'ਚੋਂ 4 ਬਰੋਡਡ ਹੈ ਔਰ ਉਹਦੇ ਵਿੱਚ ਜਿਹੜੇ 5 ਪੇਸ਼ੈਂਟ ਅਸੀਂ ਰੈਫਰ ਕੀਤੇ ਹੈਗੇ ਆ ਅੰਮ੍ਰਿਤਸਰ ਮੈਡੀਕਲ ਕਾਲਜ, ਬਾਕੀ ਜਿਹੜੇ ਹੈਗੇ ਆ ਸਟੇਬਲ ਹੈਗੇ ਆ ਇੱਥੇ। ਜਿਹਨਾਂ 4 ਦੀ ਮੌਤ ਹੋਈ ਹੈ ਉਹ ਮੇਲ ਨੇ ਫੀਮੇਲ ਨੇ? 3 ਫੀਮੇਲ ਹੈ ਜੀ, 1 ਮੇਲ ਹੈ। ਜਿਹੜਾ ਮੇਲ ਹੈ ਉਹ ਕਾਰ ਚਾਲਕ ਹੈ ਜੀ? ਇਹ ਹਾਂ, ਸਾਨੂੰ ਤਾਂ ਇਹ ਪਤਾ ਲੱਗਾ ਕਿ ਕਾਰ ਚਾਲਕ ਹੈ ਜੀ। ਇੱਕ ਬੱਚਾ ਵੀ ਦੱਸਿਆ ਸੀਗਾ ਸਰ? ਹਾਂ, ਉਹਦਾ ਸੀ ਟੀ ਸਕੈਨ ਵਾਸਤੇ ਭੇਜਿਆ ਜੀ, ਅਨਕੌਂਸ਼ੀਅਸ ਹੈਗਾ, ਦੇਖਦੇ ਹਾਂ ਉਹਦੀ ਸੀ ਟੀ ਸਕੈਨ ਦੀ ਕੀ ਰਿਪੋਰਟ ਆਉਂਦੀ, ਉਸ ਤੋਂ ਬਾਅਦ ਫਿਰ ਡਿਸਾਈਡ ਕਰਦੇ। ਪੁਲਿਸ ਬਾਹਰ, ਸਾਰੇ ਪਤਾ ਹੀ ਬਾਹਰ ਪੁਲਿਸ ਖੜੀ। ਸਾਨੂੰ ਇਤਲਾਹ ਮਿਲੀ ਜੀ ਥਾਣੇ ਅਤੇ ਵੀ ਇੱਥੇ ਇੱਕ ਐਕਸੀਡੈਂਟ ਹੋਇਆ, ਅਤੇ ਅਸੀਂ ਮੌਕੇ 'ਤੇ ਆਏ ਇੱਥੇ। ਜਦੋਂ ਦੇਖਿਆ ਅਤੇ ਇੱਕ ਡੇਰਾ ਬਿਆਸ ਤੋਂ ਟੈਂਪੂ ਟਰੈਕਸ ਗੱਡੀ ਆ ਛੋਟਾ ਹਾਥੀ, ਉੱਥੇ ਸਵਾਰੀਆਂ ਹੈਗੀਆਂ ਸੀ ਇਹਨਾਂ ਦੀਆਂ ਡੇਰੇ ਦੀਆਂ। ਇੱਕ ਮੁੰਡਾ ਕਾਰ 'ਤੇ ਸੀ ਵਰਨਾ ਕਾਰ, ਦੋਨੇ ਆਪਸ 'ਚ ਟਕਰਾਈਆਂ ਸੀ, ਬੰਦੇ ਸੀਰੀਅਸ ਸੀ ਦੋਨੇ ਪਾਰਟੀਆਂ ਦੀ, ਅਤੇ ਅਸੀਂ ਉਹਨਾਂ ਨੂੰ ਫਿਰ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਦਾ ਭੇਜ ਦਿੱਤਾ। ਜ਼ਖਮੀ ਮਰੀਜ਼ ਕੋਈ 10-12 ਹੈਗੇ, 10-12 ਜ਼ਖਮੀ ਸੀ, ਕੋਈ ਸੀਰੀਅਸ ਸੀ। ਦੋ ਦਿਨ ਵਿੱਚ ਸੰਗਤ ਨਾ ਭਰੀ ਸੀ ਗੱਡੀਆਂ, ਅਸੀਂ ਹਸਪਤਾਲ ਭੇਜਤਾ, ਹੁਣ ਇੱਥੋਂ ਪ੍ਰਾਈਵੇਟ ਗੱਡੀਆਂ 'ਚ, ਹੁਣ ਦੇਖੋ ਗਾਂਹ ਕਿੱਥੇ ਕਿੱਥੇ ਜਾਂਦੀਆਂ ਗੱਡੀਆਂ, ਉੱਦਾਂ ਸਿਵਲ ਹਸਪਤਾਲ ਹੀ ਭੇਜੀਦਾ ਸੀ ਕਪੂਰਥਲਾ।